शशिता, मेरा नाम रजनी है। सर नाम सर पेशेंट है मिस्टर परमिंदर सिंह। इन्होंने 8 दिन पहला सर तो मैंने गैस्ट्रिक बाईपास सर्जरी करवाई थी। असि इन्हों का एक्सपीरियंस शेयर करा। शशिका सर, असि सर तेरी एज कितनी है? मेरी एज है 45। 45 तुसी किस जगह पे रहने वाले हो? मैं कनाडा, एवरस्पोर्ट कनाडा रहता हूं, वैंकूवर एरिया। अच्छा जी, हां जी। तो की प्रॉब्लम्स थी कि तुसी मैंने गैस्ट्रिक बाईपास सर्जरी करवाने का डिसीजन लिया? ਪ੍ਰੋਬਲਮ ਇਹ ਸੀ ਕਿ ਇੱਕ ਤਾਂ ਮੈਨੂੰ ਸ਼ੂਗਰ, ਜਿਹੜੀ ਮੇਨ ਪ੍ਰੋਬਲਮ ਸੀ ਸ਼ੂਗਰ ਦੀ ਸੀਗੀ ਜੀ। ਉਸ ਤੋਂ ਬਾਅਦ ਜਿਹੜਾ ਸਾਹ ਦੀ ਪ੍ਰੋਬਲਮ ਆਉਣ ਲੱਗ ਗਈ, ਨਾਲ ਬਲੱਡ ਪ੍ਰੈਸ਼ਰ ਜੀ ਤੇ ਸਲੀਪ ਐਪਨੀਆ ਜਿਹਨੂੰ ਕਹਿ ਦਿੰਦੇ ਆਪਾਂ, ਉਹ ਪ੍ਰੋਬਲਮ ਸੀ ਮੈਨੂੰ। ਅੱਛਾ ਜੀ। ਤੇ ਹੋਰ ਇਹਦੇ ਨਾਲ ਕਈ ਗੱਲਾਂ ਹੋਰ ਰਿਲੇਟਡ ਸੀ ਜਿਹੜੀਆਂ, ਜਿਹਦੇ ਕਰਕੇ ਮੈਂ ਫਿਰ ਇਹ ਮਾਇਆ ਸਰਜਰੀ ਕਰਾਉਣ ਦਾ ਸੋਚਿਆ। ਅੱਛਾ ਜੀ। ਤੁਹਾਡਾ ਸਰਜਰੀ ਤੋਂ ਪਹਿਲਾਂ ਕਿੰਨਾ ਵੇਟ ਸੀਗਾ? ਮੇਰਾ ਵੇਟ ਸੀ 225 ਪਾਉਂਡ ਤੇ ਆਲਮੋਸਟ 100 ਕਿਲੋ ਸੀ। ਅੱਛਾ ਜੀ। ਤਾਂ ਹੁਣ 8 ਦਿਨ ਬਾਅਦ ਤੁਹਾਡਾ ਵੇਟ ਕਿੰਨਾ ਹੈ? ਹੁਣ ਮੇਰਾ ਹੈਗਾ ਜੀ 97.5। ਅੱਛਾ, ਮਤਲਬ ਤੁਸੀਂ ਅਪਰੋਕਸ 3.5 ਕਿਲੋ ਵੇਟ ਘਟਾ ਲਿਆ ਜੀ। ਕਿੱਦਾਂ ਮਹਿਸੂਸ ਹੋ ਰਿਹਾ ਤੁਹਾਨੂੰ? ਮੈਨੂੰ ਬੜਾ ਚੰਗਾ ਲੱਗ ਰਿਹਾ ਵੀ ਵੇਟ ਵੀ ਘੱਟ ਹੋ ਤੇ ਕੱਪੜਾ ਵੀ ਆਵੇ, ਵਧੀਆ ਫਿੱਟ ਆਉਂਦਾ ਹੈ ਮੇਰਾ ਸਾਹ। 8 ਦਿਨ ਵਿੱਚ ਤੁਹਾਨੂੰ ਆਪਣੇ ਆਪ ਵਿੱਚ ਕੋਈ ਚੇਂਜ ਲੱਗੀ ਹੈ ਸਰਜਰੀ ਦੇ ਬਾਅਦ? ਤੁਸੀਂ ਥੋੜਾ ਲਾਈਟ ਫੀਲ ਕਰ ਰਹੇ ਹੋ? ਲਾਈਟ ਫੀਲ ਕਰਦਾ ਹੈ ਕਿ ਜਿਵੇਂ ਖਾਣ ਨੂੰ ਬਾਰ-ਬਾਰ ਖਾਣ ਪੈਂਦਾ ਸੀਗਾ ਤੇ ਖਾਣ ਨੂੰ ਭੁੱਖ ਲੱਗਦੀ ਸੀ, ਉਹ ਚੀਜ਼ ਹੈ ਨਹੀਂ ਗਈ ਹੁਣ ਇਹਦੇ ਵਿੱਚ। ਜਿੰਨੀ ਲੋੜ ਆਉਣੀ ਖਾ ਕੇ ਦੁਬਾਰੇ ਆਉਣੀ ਜਿਹੜੇ ਦੁਬਾਰੇ ਤੁਹਾਨੂੰ ਅਗੇਨ ਅਗੇਨ ਭੁੱਖ ਲੱਗਦੀ ਜੀ। ਠੀਕ ਹੈ, ਤੁਸੀਂ ਸਰਜਰੀ ਕਰਾ ਕੇ ਬੈਟਰ ਫੀਲ ਕਰ ਰਹੇ? ਸ਼ੂਗਰ ਲੈਵਲਸ ਤੁਹਾਡੇ ਥੋੜੇ ਨੋਰਮਲ ਆਣਾ ਸ਼ੁਰੂ ਹੋ ਗਏ? ਹਾਂਜੀ ਹਾਂਜੀ ਹਾਂਜੀ। ਅੱਛਾ ਜੀ। ਤੁਸੀਂ ਇਹਨਾਂ 8 ਦਿਨਾਂ ਵਿੱਚ ਤੁਹਾਨੂੰ ਕੁਛ ਇਦਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਆਇਆ ਲੱਗਿਆ ਕਿ ਨਹੀਂ ਸਰਜਰੀ ਨਹੀਂ ਕਰਾਉਣੀ ਚਾਹੀਦੀ? ਨਹੀਂ, ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਪਹਿਲੇ ਦਿਨ ਤੋਂ ਜਦੋਂ ਤੋਂ ਸਰਜਰੀ ਕੀਤੀ ਹੈ ਜੀ, ਤੇ ਨਾ ਤਾਂ ਮੈਨੂੰ ਕੋਈ ਪੇਨ ਆ ਮਹਿਸੂਸ ਹੋਈ ਵੀ ਕੋਈ ਟਾਂਕੇ ਲੱਗੇ ਜਾਂ ਕੋਈ ਹੱਥੋਂ ਵੱਧ ਪੇਨ ਹੋ ਰਹੀ ਹੈ, ਮੈਨੂੰ ਇਸ ਤਰ੍ਹਾਂ ਦਾ ਕੋਈ ਫੀਲਿੰਗ ਨਹੀਂ ਹੋਇਆ ਦੁਬਾਰਾ ਸੀ। ਤੁਸੀਂ ਵਾਪਸ ਕਦੋਂ ਜਾ ਰਹੇ ਹੋ? ਮੈਂ 4 ਤਰੀਕ ਨੂੰ ਜਾ ਰਿਹਾ ਹਾਂ। ਅੱਛਾ, ਮਤਲਬ ਤੁਸੀਂ 10 ਦਿਨ ਲਈ ਸਪੈਸ਼ਲ ਸਰਜਰੀ ਲਈ ਆਏ ਹੋ? ਸਪੈਸ਼ਲ ਸਰਜਰੀ ਲਈ ਆਇਆ ਸੀ। ਅੱਛਾ, ਤੁਹਾਡਾ ਪ੍ਰੋਫੈਸ਼ਨ ਕੀ ਹੈਗਾ? ਮੈਂ ਟਰੱਕ ਡਰਾਈਵਰ ਹਾਂ। ਟਰੱਕ ਡਰਾਈਵਰ ਜੀ। ਠੀਕ ਹੈ ਜੀ। ਸਰ, ਕਾਫੀ ਸਾਰੇ ਲੋਕ ਜਿਹੜੇ ਹੈਗੇ ਆ ਸਰਜਰੀ ਤੋਂ ਡਰਦੇ ਹੈਗੇ ਆ, ਤੁਸੀਂ ਸਰਜਰੀ ਕਰਵਾਈਏ, ਤੁਸੀਂ ਛੋਟਾ ਜਿਹਾ ਮੈਸੇਜ ਹੋ ਗਿਆ ਸਰਜਰੀ ਕਰਵਾ ਰਹੇ? ਮੈਂ ਅੱਜ ਤੋਂ ਇਹ ਸਰਜਰੀ ਤੋਂ ਪਹਿਲਾਂ ਕਦੇ ਹਸਪੀਟਲ ਮੈਨੂੰ ਲੱਗਦਾ ਗਿਆ ਨਹੀਂ ਗਿਆ ਜੀ। ਕਦੇ ਕੀ ਕਹਿਣਾ, ਮਾੜਾ ਮੋਟਾ ਜ਼ੁਕਾਮ ਹੋ ਗਿਆ ਜਾਂ ਢਿੱਡ ਦੁੱਖਣ ਲੱਗ ਗਿਆ ਇਸ ਚੱਕਰ 'ਚ, ਪਰ ਮੈਂ ਪਹਿਲੀ ਮੇਰਾ ਐਕਸਪੀਰੀਅੰਸ ਆ, ਪਰ ਮੈਨੂੰ ਨਹੀਂ ਲੱਗਦਾ ਕੋਈ ਐਡੀ ਡਰਨ ਵਾਲੀ ਗੱਲ ਹੈਗੀ ਵੀ ਤੁਸੀਂ ਸਰਜਰੀ ਤੋਂ ਐਡਾ ਵੱਡਾ ਇਸ਼ੂ ਨਹੀਂ ਹੋਇਆ ਹੈਗਾ। ਜੇ ਤੁਸੀਂ ਚੰਗੇ ਸਟਾਫ ਕੋਲ ਜਾਂਦੇ ਹੋ, ਚੰਗੇ ਹਸਪੀਟਲ ਜਾਂਦੇ ਹੋ, ਫਿਰ ਮੇਰਾ ਖਿਆਲ ਨਹੀਂ ਕੋਈ ਤੁਹਾਨੂੰ ਪ੍ਰੋਬਲਮ ਆ। ਤੁਹਾਡਾ ਜੰਮੂ ਹਸਪੀਟਲ ਨਾਲ ਐਕਸਪੀਰੀਅੰਸ ਕਿੱਦਾਂ ਰਿਹਾ? ਤੁਹਾਡੇ ਸਟੇਜ ਨਾਲ ਕੋਈ ਪ੍ਰੋਬਲਮ ਤਾਂ ਨਹੀਂ? ਨਹੀਂ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ। ਸਟਾਫ ਵੀ ਤੁਹਾਡਾ ਵਧੀਆ ਬਹੁਤ ਹੈ ਇੱਥੇ, ਪਹਿਲੇ ਦਿਨ ਤੋਂ ਹੀ ਜਦੋਂ ਤੋਂ ਮੈਂ ਐਡਮਿਟ ਹੋਇਆ ਸੀਗਾ ਜੀ, ਪੂਰਾ ਜਿਹੜੇ ਮੈਨੂੰ ਰਿਸਪੌਂਸ ਹੈ ਪਰਸਨ ਨੇ ਦਿੱਤਾ ਵੀ ਜੋ ਹੈ ਆਪਣੇ ਸਟਾਫ ਦਾ ਪੂਰਾ। ਤੁਸੀਂ ਸੈਟੀਸਫਾਈਡ ਹੋ ਸਰ ਸਰਵਿਸਿਸ ਤੋਂ? ਹਾਂਜੀ। ਤੁਸੀਂ ਕਿਸੇ ਨੂੰ ਰਿਕਮੈਂਡ ਕਰੋਗੇ ਸਰਜਰੀ ਲਈ ਸਾਡਾ ਹਸਪੀਟਲ? ਹਾਂਜੀ, ਰਿਕਮੈਂਡ ਜ਼ਰੂਰ ਕਰੋ, ਕਿਉਂਕਿ ਮੇਰੇ ਫੈਮਿਲੀ ਦੇ ਵਿੱਚ ਕਈ ਤਾਂ ਪਰਸਨ ਇਹੋ ਜਿਹੇ ਹੈਗੇ ਜਿਹੜੇ ਮੈਨੂੰ ਹਾਂ ਕਹਿੰਦੇ ਤੂੰ ਛੇਤੀ ਠੀਕ ਹੋ ਜਾਏਗਾ, ਮੈਂ ਤੈਨੂੰ ਦੇਖ ਕੇ ਐਕਸਪੀਰੀਅੰਸ ਹੋ ਜਾਂਦਾ ਨਾ ਉਹ ਚੀਜ਼ ਦਾ। ਆਫਿਸ ਹੈਗਾ। ਹਾਂਜੀ ਹਾਂਜੀ। ਕਾਫੀ ਸਾਰੇ ਲੋਕ ਜਿਹੜੇ ਹੈਗੇ ਆਪਰੇਸ਼ਨ ਤੋਂ ਪਹਿਲਾਂ ਜਿਹਨਾਂ ਲੋਕਾਂ ਨੇ ਆਪਰੇਸ਼ਨ ਕਰਵਾ ਲਿਆ ਇਹਨਾਂ ਨਾਲ ਗੱਲ ਕਰਨਾ ਚਾਹੁੰਦੇ ਆ, ਅਗਰ ਕੋਈ ਤੁਹਾਨੂੰ ਡਾਇਰੈਕਟਲੀ ਕੰਟੈਕਟ ਕਰਨਾ ਚਾਹੇ ਕਰ ਸਕਦਾ? ਕਰ ਸਕਦਾ। ਤੁਸੀਂ ਆਪਣਾ ਕੰਟੈਕਟ ਨੰਬਰ ਦੱਸ ਦਿਓ। ਹਾਂਜੀ, ਮੇਰਾ ਕੰਟੈਕਟ ਹੈ 778-878-4121। ਓਕੇ ਜੀ, ਥੈਂਕ ਯੂ ਸੋ ਮਚ ਸਰ, ਐਂਡ ਆਲ ਦੀ ਬੈਸਟ। ਥੈਂਕ ਯੂ ਵੈਰੀ ਮਚ।